ਇਨਸਾਨਾਂ ਨੂੰ ਇਹ ਦੇਸ਼ ਦਰੋਹੀ ਬਣਾ ਦਿੰਦੇ ਹੱਕ ਮੰਗਦੇ ਹੋਏ ਇਨਸਾਨਾਂ ਨੂੰ ਅਸੀਂ ਅੱਕ ਚੁੱਕੇ ਹਾਂ, ਥੱਕ ਚੁੱਕੇ ਹਾਂ ਤੇਰੇ ਵੇਖ ਵੇਖ ਕੇ ਕਾਰੇ ਨੀ, ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਾ ਸਰਕਾਰੇ ਨੀ। ਬਾਈ ਭਾਨਾ ਸਿੱਧੂ ਨਾ ਤਾਂ ਕੋਈ MLA ਆ, ਨਾ MP ਆ, ਨਾ ਮੁੱਖ ਮੰਤਰੀ ਆ, ਨਾ ਮੰਤਰੀ ਆ, ਨਾ ਸਰਪੰਚ ਆ, ਪਰ ਫੇਰ ਵੀ ਬਾਈ ਭਾਨੇ ਸਿੱਧੂ ਨੇ ਉਹ ਕੰਮ ਕੀਤੇ ਜਿਹੜੇ ਕੰਮ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ, ਸਰਕਾਰੀ ਅਫਸਰਾਂ ਦੀ ਹੁੰਦੀ ਹੈ, ਸਰਕਾਰੀ ਮੁਲਾਜ਼ਮਾਂ ਦੀ ਹੁੰਦੀ ਹੈ। ਝੂਠਾ ਪਰਚਾ ਉਹਨਾਂ ਤੇ ਪਾਇਆ ਗਿਆ, ਪਹਿਲਾਂ ਬਾਈ ਪਰਮਿੰਦਰ ਚੋਟੇ ਤੇ ਝੂਠਾ ਪਰਚਾ ਪਾਇਆ ਗਿਆ, ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ। ਸੋ ਭਰਾਵੋ, ਇਹ ਜਿਹੜੀ ਸਰਕਾਰ ਹੈ ਨਾ, ਇਹ ਡਰ ਗਈ ਹੈ ਸਾਡੇ ਆਮ ਲੋਕਾਂ ਤੋਂ, ਉਹਨਾਂ ਲੋਕਾਂ ਤੋਂ ਜਿਹੜੇ ਹੱਕ ਦੀ ਗੱਲ ਕਰਦੇ ਆ, ਜਿਹੜੇ ਸੱਚ ਦੀ ਗੱਲ ਕਰਦੇ ਆ, ਜਿਹੜੇ ਪੰਜਾਬ ਦੀ ਗੱਲ ਕਰਦੇ ਆ, ਪੰਜਾਬ ਦੀ ਆਵਾਮ ਦੇ ਨਾਲ ਖੜਦੇ ਆ। ਤੁਸੀਂ ਦੇਖੋ ਭਗਵੰਤ ਸਿੰਘ ਮਾਨ ਕੀ ਕਰਨ ਤੇ ਲੱਗੇ ਹੋਏ ਨੇ, ਇੱਕ ਰਿਸਪੈਕਟਡ ਅਹੁਦੇ ਤੇ ਬਿਰਾਜਮਾਨ ਨੇ, ਉਹ ਪੰਜਾਬ ਦੇ ਮੁੱਖ ਮੰਤਰੀ ਨੇ, ਤੇ ਸਾਨੂੰ ਪਤਾ ਹੈ ਕਿ ਇਸ ਅਹੁਦੇ ਤੇ ਆਲੋਚਨਾ ਹੋਣੀ ਹੀ ਹੁੰਦੀ ਹੈ, ਚਾਹੇ ਮੁੱਖ ਮੰਤਰੀ ਹੈ, ਚਾਹੇ ਪ੍ਰਧਾਨ ਮੰਤਰੀ ਹੈ, ਤੇ ਚਾਹੇ ਪਿੰਡ ਦਾ ਸਰਪੰਚ ਹੈ। ਪਰ ਜੋ ਉਹਨਾਂ ਨੇ ਕੀਤਾ, ਬਾਈ ਭਾਨੇ ਸਿੱਧੂ ਤੇ ਪਰਚਾ, ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਤੇ ਪਰਚਾ, ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਤੇ ਪਰਚਾ, ਬਾਈ ਪਰਮਿੰਦਰ ਝੋਟੇ ਤੇ ਪਰਚਾ, ਇਸ ਦੇ ਨਾਲ ਲੋਕ ਨਾਲ ਨੀ ਜੁੜਦੇ, ਲੋਕ ਟੁੱਟਦੇ ਨੇ। ਇਹ ਤੁਹਾਡਾ ਇਕੱਠ ਜਿੱਤ ਹੈ ਬਾਈ ਭਾਨੇ ਸਿੱਧੂ ਦੀ। ਜਦੋਂ ਪੰਜਾਬ ਦੇ ਵਿੱਚ ਕੁਝ ਗਲਤ ਹੁੰਦਾ ਸੀ, ਰੇਤ ਮਾਫੀਆ ਚੱਲਦਾ ਸੀ, ਗਰੀਬਾਂ ਦੇ ਨਾਲ ਧੱਕਾ ਹੁੰਦਾ ਸੀ, ਅਕਾਲੀ ਸਰਕਾਰ ਵੇਲੇ ਕਹਿੰਦੇ ਸੀ ਕਿ ਜੀ ਇਹਦੇ ਵਿੱਚ ਅਕਾਲੀਆਂ ਦਾ ਯੋਗਦਾਨ ਹੈ, ਕਾਂਗਰਸ ਸਰਕਾਰ ਵੇਲੇ ਕਹਿੰਦੇ ਸੀ ਕਿ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿਰ ਤੇ ਹੋ ਰਿਹਾ, ਤਾਂ ਕੀ ਅੱਜ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਦੀ ਸ਼ਹਿਰ ਤੇ ਹੋ ਰਿਹਾ। ਅਸੀਂ ਦੇਖਿਆ ਨਾ ਜੋ ਨਿਊਜ਼ਾਂ ਦੇ ਵਿੱਚ ਆਇਆ, ਜਿਸ ਤਰ੍ਹਾਂ ਦਾ ਵਰਤਾਅ ਬਾਈ ਭਾਨੇ ਸਿੱਧੂ ਦੇ ਨਾਲ ਕੀਤਾ ਗਿਆ, ਅੱਜ ਉਹਨਾਂ ਦੇ ਮਾਪੇ ਵੀ ਪਰੇਸ਼ਾਨ ਹੈ, ਅੱਜ ਬਾਈ ਖੁਦ ਪਰੇਸ਼ਾਨ, ਅੱਜ ਤੁਸੀਂ ਸਾਰੇ ਲੋਕ ਪਰੇਸ਼ਾਨ ਹੋ। ਇਹ ਸਵਾਲ ਖੜੇ ਕਰਦੇ ਆ ਪੰਜਾਬ ਦੀ ਸਰਕਾਰ ਦੇ ਕਿ ਕਿਸ ਪਾਸੇ ਨੂੰ ਸਾਡੇ ਪੰਜਾਬ ਨੂੰ ਲਿਜਾਇਆ ਜਾ ਰਿਹਾ। ਮਤਲਬ ਇੱਥੇ ਕੋਈ ਵੀ ਆਮ ਵਿਅਕਤੀ, ਆਮ ਇਨਸਾਨ ਆਪਦੇ ਹੱਕਾਂ ਦੀ ਗੱਲ ਨਹੀਂ ਕਰ ਸਕਦਾ, ਸੱਚ ਦੇ ਲਈ ਨਹੀਂ ਖੜਾ ਹੋ ਸਕਦਾ, ਲੋਕਾਂ ਦੇ ਲਈ ਨਹੀਂ ਖੜਾ ਹੋ ਸਕਦਾ। ਸਾਨੂੰ ਇਸ ਸਰਕਾਰ ਤੋਂ ਡਰ ਕੇ ਚੱਲਣਾ ਪਏਗਾ, ਇਹ ਹਾਲਾਤ ਕਰਕੇ ਰੱਖਦੇ ਨੇ ਇਹਨਾਂ ਨੇ ਪੰਜਾਬ ਨੂੰ। ਅੱਜ ਬਾਈ ਭਾਨੇ ਸਿੱਧੂ ਦੇ ਇਕੱਠ ਦੇ ਵਿੱਚ, ਬਾਈ ਭਾਨੇ ਸਿੱਧੂ ਦੀ ਸਪੋਰਟ ਦੇ ਵਿੱਚ, ਇਸ ਇਕੱਠ ਦੇ ਵਿੱਚ ਤੁਹਾਡਾ ਇੱਕ ਵੱਖਰਾ ਹੀ ਜੋਸ਼ ਦੇਖਣ ਨੂੰ ਮਿਲ ਰਿਹਾ। ਮੈਂ ਜੋ ਸੋਚ ਕੇ ਆਈ ਸੀ ਕਿ ਮੈਂ ਬੋਲੂੰਗੀ, ਮੈਂ ਤੁਹਾਡਾ ਇਕੱਠ, ਤੁਹਾਡਾ ਪਿਆਰ ਦੇਖ ਕੇ ਸਭ ਕੁਝ ਹੀ ਭੁੱਲ ਗਈ। ਮੈਨੂੰ ਕੁਛ ਯਾਦ ਹੀ ਨਹੀਂ ਰਿਹਾ ਕਿ ਮੈਂ ਕੀ ਬੋਲਾਂ। ਮੇਰੇ ਤੋਂ ਪਹਿਲਾਂ ਬੜੇ ਬੁਲਾਰੇ ਆਏ, ਉਹਨਾਂ ਨੇ ਅੱਜ ਦੇ ਜੋ ਮੁੱਦੇ ਨੇ ਜਾਂ ਬਾਈ ਭਾਨੇ ਸਿੱਧੂ ਬਾਬਤ ਸਾਰੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ, ਤੇ ਮੈਂ ਘੱਟ ਸਮੇਂ ਦੇ ਵਿੱਚ ਕੁਝ ਕੁ ਵਿਚਾਰ ਹੀ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗੀ। ਮੈਂ ਗੱਲ ਕਰਨਾ ਚਾਹੁੰਦੀ ਹਾਂ ਬਾਈ ਭਾਨੇ ਸਿੱਧੂ ਦੀ। ਬਾਈ ਭਾਨਾ ਸਿੱਧੂ ਨਾ ਤਾਂ ਕੋਈ MLA ਆ, ਨਾ MP ਆ, ਨਾ ਮੁੱਖ ਮੰਤਰੀ ਆ, ਨਾ ਮੰਤਰੀ ਆ, ਨਾ ਸਰਪੰਚ ਆ, ਪਰ ਫੇਰ ਵੀ ਬਾਈ ਭਾਨੇ ਸਿੱਧੂ ਨੇ ਉਹ ਕੰਮ ਕੀਤੇ ਜਿਹੜੇ ਕੰਮ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ, ਸਰਕਾਰੀ ਅਫਸਰਾਂ ਦੀ ਹੁੰਦੀ ਹੈ, ਸਰਕਾਰੀ ਮੁਲਾਜ਼ਮਾਂ ਦੀ ਹੁੰਦੀ ਹੈ। ਝੂਠਾ ਪਰਚਾ ਉਹਨਾਂ ਤੇ ਪਾਇਆ ਗਿਆ, ਪਹਿਲਾਂ ਬਾਈ ਪਰਮਿੰਦਰ ਝੋਟੇ ਤੇ ਝੂਠਾ ਪਰਚਾ ਪਾਇਆ ਗਿਆ, ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ। ਸੋ ਭਰਾਵੋ, ਇਹ ਜਿਹੜੀ ਸਰਕਾਰ ਹੈ ਨਾ, ਇਹ ਡਰ ਗਈ ਹੈ ਸਾਡੇ ਆਮ ਲੋਕਾਂ ਤੋਂ, ਉਹਨਾਂ ਲੋਕਾਂ ਤੋਂ ਜਿਹੜੇ ਹੱਕ ਦੀ ਗੱਲ ਕਰਦੇ ਆ, ਜਿਹੜੇ ਸੱਚ ਦੀ ਗੱਲ ਕਰਦੇ ਆ, ਜਿਹੜੇ ਪੰਜਾਬ ਦੀ ਗੱਲ ਕਰਦੇ ਆ, ਪੰਜਾਬ ਦੀ ਆਵਾਮ ਦੇ ਨਾਲ ਖੜਦੇ ਆ। ਤੁਸੀਂ ਦੇਖੋ
ਭਗਵੰਤ ਸਿੰਘ ਮਾਨ ਕੀ ਕਰਨ ਤੇ ਲੱਗੇ ਹੋਏ ਨੇ, ਇੱਕ ਰਿਸਪੈਕਟਡ ਅਹੁਦੇ ਤੇ ਬਿਰਾਜਮਾਨ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਨੇ, ਤੇ ਸਾਨੂੰ ਪਤਾ ਹੈ ਕਿ ਇਸ ਅਹੁਦੇ ਤੇ ਆਲੋਚਨਾ ਹੋਣੀ ਹੀ ਹੁੰਦੀ ਹੈ, ਚਾਹੇ ਮੁੱਖ ਮੰਤਰੀ ਹੈ, ਚਾਹੇ ਪ੍ਰਧਾਨ ਮੰਤਰੀ ਹੈ ਤੇ ਚਾਹੇ ਪਿੰਡ ਦਾ ਸਰਪੰਚ ਹੈ। ਪਰ ਜੋ ਉਹਨਾਂ ਨੇ ਕੀਤਾ, ਬਾਈ ਭਾਨੇ ਸਿੱਧੂ ਤੇ ਪਰਚਾ, ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਤੇ ਪਰਚਾ, ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਤੇ ਪਰਚਾ, ਬਾਈ ਪਰਮਿੰਦਰ ਝੋਟੇ ਤੇ ਪਰਚਾ, ਇਸ ਦੇ ਨਾਲ ਲੋਕ ਨਾਲ ਨਹੀਂ ਜੁੜਦੇ, ਲੋਕ ਟੁੱਟਦੇ ਨੇ। ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ ਲੋਕਾਂ ਨੂੰ ਨਾਲ ਜੋੜਨਾ, ਨਾ ਕਿ ਲੋਕਾਂ ਨੂੰ ਨਾਲੋਂ ਤੋੜਨਾ। ਜਿਹੜੇ ਤੁਹਾਡੇ ਵਿਰੋਧੀ ਨੇ ਉਹ ਤਾਂ ਵਿਰੋਧੀ ਹੀ ਰਹਿੰਦੇ ਨੇ, ਪਰ ਪੰਜਾਬ ਸਰਕਾਰ ਦੀਆਂ ਭਗਵੰਤ ਸਿੰਘ ਮਾਨ ਦੀਆਂ ਇਹਨਾਂ ਹਰਕਤਾਂ ਦੇ ਕਰਕੇ ਜਿਹੜੇ ਉਹਨਾਂ ਦੇ ਹਮਦਰਦ ਸੀ, ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਸੀ, ਅੱਜ ਉਹ ਲੋਕ ਵੀ ਪੰਜਾਬ ਸਰਕਾਰ ਦੇ ਖਿਲਾਫ ਖੜੇ ਹੋ ਗਏ ਨੇ। ਇਹ ਜਿੱਤ ਹੈ ਬਾਈ ਭਾਨੇ ਸਿੱਧੂ ਦੀ, ਇਹ ਤੁਹਾਡਾ ਇਕੱਠ ਜਿੱਤ ਹੈ ਬਾਈ ਭਾਨੇ ਸਿੱਧੂ ਦੀ। ਇਹ ਵਿਚਾਰਧਾਰਾ ਨਹੀਂ ਸੀ ਪਾਰਟੀ ਦੀ। ਜਦੋਂ ਪੰਜਾਬ ਦੇ ਵਿੱਚ ਕੁਝ ਗਲਤ ਹੁੰਦਾ ਸੀ, ਰੇਤ ਮਾਫੀਆ ਚੱਲਦਾ ਸੀ, ਗਰੀਬਾਂ ਦੇ ਨਾਲ ਧੱਕਾ ਹੁੰਦਾ ਸੀ, ਅਕਾਲੀ ਸਰਕਾਰ ਵੇਲੇ ਕਹਿੰਦੇ ਸੀ ਕਿ ਜੀ ਇਹਦੇ ਵਿੱਚ ਅਕਾਲੀਆਂ ਦਾ ਯੋਗਦਾਨ ਹੈ, ਕਾਂਗਰਸ ਸਰਕਾਰ ਵੇਲੇ ਕਹਿੰਦੇ ਸੀ ਕਿ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ਤੇ ਹੋ ਰਿਹਾ, ਤਾਂ ਕੀ ਅੱਜ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਦੀ ਸ਼ਹਿ ਤੇ ਹੋ ਰਿਹਾ? ਅਸੀਂ ਦੇਖਿਆ ਨਾ ਜੋ ਨਿਊਜ਼ਾਂ ਦੇ ਵਿੱਚ ਆਇਆ, ਜਿਸ ਤਰ੍ਹਾਂ ਦਾ ਵਰਤਾਅ ਬਾਈ ਭਾਨੇ ਸਿੱਧੂ ਦੇ ਨਾਲ ਕੀਤਾ ਗਿਆ, ਅੱਜ ਉਹਨਾਂ ਦੇ ਮਾਪੇ ਵੀ ਪਰੇਸ਼ਾਨ ਹੈ, ਅੱਜ ਬਾਈ ਖੁਦ ਪਰੇਸ਼ਾਨ, ਅੱਜ ਤੁਸੀਂ ਸਾਰੇ ਲੋਕ ਪਰੇਸ਼ਾਨ ਹੋ। ਇਹ ਸਵਾਲ ਖੜੇ ਕਰਦੇ ਆ ਪੰਜਾਬ ਦੀ ਸਰਕਾਰ ਤੇ ਕਿ ਕਿਸ ਪਾਸੇ ਨੂੰ ਸਾਡੇ ਪੰਜਾਬ ਨੂੰ ਲਿਜਾਇਆ ਜਾ ਰਿਹਾ। ਮਤਲਬ ਇੱਥੇ ਕੋਈ ਵੀ ਆਮ ਵਿਅਕਤੀ, ਆਮ ਇਨਸਾਨ ਆਪਦੇ ਹੱਕਾਂ ਦੀ ਗੱਲ ਨਹੀਂ ਕਰ ਸਕਦਾ, ਸੱਚ ਦੇ ਲਈ ਨਹੀਂ ਖੜਾ ਹੋ ਸਕਦਾ, ਲੋਕਾਂ ਦੇ ਲਈ ਨਹੀਂ ਖੜਾ ਹੋ ਸਕਦਾ। ਸਾਨੂੰ ਇਸ ਸਰਕਾਰ ਤੋਂ ਡਰ ਕੇ ਚੱਲਣਾ ਪਏਗਾ, ਇਹ ਹਾਲਾਤ ਕਰਕੇ ਰੱਖਦੇ ਨੇ ਇਹਨਾਂ ਨੇ ਪੰਜਾਬ ਨੂੰ। ਸੋ ਮੈਂ ਤੁਹਾਡਾ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜੋ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਬਾਈ ਭਾਨੇ ਸਿੱਧੂ ਦੀ ਸਪੋਰਟ ਦੇ ਵਿੱਚ ਆਏ ਹੋ, ਕਿਉਂਕਿ ਸਮਾਂ ਬਹੁਤ ਘੱਟ ਹੈ। ਤੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਮੇਰੇ ਖਿਲਾਫ ਸੋਸ਼ਲ ਮੀਡੀਆ ਤੇ ਬੋਲਿਆ ਜਾਂਦਾ ਸੀ ਤਾਂ ਬਾਈ ਭਾਨਾ ਸਿੱਧੂ ਸਭ ਤੋਂ ਪਹਿਲਾਂ ਮੇਰੇ ਨਾਲ ਖੜੇ ਸੀ, ਤੇ ਅੱਜ ਮੇਰਾ ਵੀ ਫਰਜ਼ ਬਣਦਾ ਹੈ ਕਿ ਮੈਂ ਬਾਈ ਭਾਨੇ ਸਿੱਧੂ ਦੇ ਨਾਲ ਖੜਾ, ਜਿੱਥੇ ਵੀ ਜਿਵੇਂ ਵੀ ਉਹਨਾਂ ਦੇ ਪਰਿਵਾਰ ਵੱਲੋਂ, ਤੁਹਾਡੇ ਲੋਕਾਂ ਦੇ ਵੱਲੋਂ ਪ੍ਰੋਗਰਾਮ ਉਲੀਕੇ ਜਾਣਗੇ, ਮੈਂ ਹਰ ਵਕਤ ਤੁਹਾਡੇ ਨਾਲ ਖੜਾਂਗੀ ਬਾਈ ਭਾਨੇ ਸਿੱਧੂ ਦੀ ਸਪੋਰਟ ਦੇ ਵਿੱਚ। ਅਖੀਰ ਦੇ ਵਿੱਚ ਦੋ ਲਾਈਨਾਂ ਬੋਲਾਂਗੀ, ਬਾਈ ਜੀ ਨੇ ਮੈਨੂੰ ਦੋ ਵਾਰੀ ਕਹਿਤਾ ਕਿ ਬਸ ਤੁਸੀਂ ਸਾਥ ਦਿਓ, ਕਿ ਇਹ ਡੰਗਰਾਂ ਵਾਂਗ ਸਮਝਦੇ ਨੇ ਆ ਗੱਭਰੂ ਹੋਏ ਜਵਾਨਾਂ ਨੂੰ, ਇਹ ਦੇਸ਼ ਧਰੋਹੀ ਬਣਾ ਦਿੰਦੇ ਹੱਕ ਮੰਗਦੇ ਹੋਏ ਇਨਸਾਨਾਂ ਨੂੰ, ਅਸੀਂ ਅੱਕ ਚੁੱਕੇ ਹਾਂ, ਥੱਕ ਚੁੱਕੇ ਹਾਂ ਤੇਰੇ ਵੇਖ ਵੇਖ ਕੇ ਕਾਰੇ ਨੀ, ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਾ ਸਰਕਾਰੇ ਨੀ, ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਾ ਸਰਕਾਰੇ ਨੀ। ਸੋ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ, ਅੱਗੇ ਵੀ ਇਸੇ ਇਕੱਠ ਨੂੰ ਇਸੇ ਤਰ੍ਹਾਂ ਕਾਇਮ ਰੱਖਿਓ, ਜਦੋਂ ਵੀ ਉਹਨਾਂ ਦੇ ਪਰਿਵਾਰ ਵੱਲੋਂ ਆਪਾਂ ਨੂੰ ਕੋਈ ਸੁਨੇਹਾ ਆਉਂਦਾ, ਪੂਰੀ ਮੈਨੇਜਮੈਂਟ ਵੱਲੋਂ ਕੋਈ ਕਾਲ ਆਉਂਦੀ ਹੈ, ਤਾਂ ਆਪਾਂ ਜ਼ਰੂਰ ਬਾਈ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਜਾ ਕੇ ਖੜੀਏ।